आम आदमी पार्टी का कुनबा होर मजबूत हो रहा है। अमृतसर तीन कौंसलर आम आदमी पार्टी दे विच शामिल होए ने। वार्ड नंबर 54 दे आजाद उम्मीदवार अविनाश जोली ने भी आम आदमी पार्टी का पल्ला फड़ लिया है। वार्ड नंबर 48 तो बीजेपी के जरनैल सिंह भी आम आदमी पार्टी दे विच शामिल होए ने। उते नवजोत सिंह सिद्धू के हल्के दे अजीत सिंह भाटिया भी आम आदमी पार्टी दे विच शामिल हो गए ने। आम आदमी पार्टी नूं अमृतसर दे विच मजबूती मिली है। तीन कौंसलरां ने आम आदमी पार्टी का पल्ला फड़ लिया है, जिस विच नवजोत सिंह सिद्धू के हल्के दे अजीत भाटिया भी शामिल ने। उते ही वार्ड नंबर 48 तो बीजेपी के जरनैल सिंह भी आम आदमी पार्टी दे विच शामिल हो गए ने। अमृतसर दे विच आम आदमी पार्टी नूं मजबूती मिली है। तीन कौंसलर जो ने हो आम आदमी पार्टी दे विच शामिल होए ने, जिस विच नवजोत सिंह सिद्धू दे हलके दे अजीत सिंह भाटिया भी आम आदमी पार्टी दे विच शामिल होए ने। साडे नाल परमवीर जुड़ गए ने जी। परमवीर, आम आदमी पार्टी नूं मजबूती मिली है, की कुछ जानकारी है और केड़े केड़े मैंबर जो ने आम आदमी पार्टी दे विच शामिल होए ने? परमवीर, तुहानूं मेरी आवाज आ रही है? जी बिल्कुल आ रही है अनु। मैं इत्थे दसना चाहांगा कि अमृतसर दे विच जेकर असीं गल करिए तां कुनबा कितना कितने जिहड़ा आम आदमी पार्टी का वाधा जत्था है। असीं गल कर रहे हैं अमृतसर की, अमृतसर दे विच मेयर जिहड़े हैगे ने उन्हां नूं 1/3 मजोरिटी चाहीदी सी, ते धड़ाधड़ जिहड़े कौंसलर ने नवजोत सिंह सिद्धू दे हल्के दे ਉਹ ਆਮ ਆਦਮੀ ਪਾਰਟੀ ਜੁਆਇਨ ਕਰ ਰਹੇ ਨੇ, ਤੇ ਹੁਣ ਫਿਰ ਅੱਜ ਫਿਰ ਜਿਹੜੇ ਅਜੀਤ ਸਿੰਘ ਭਾਟੀਆ ਨੇ ਉਹ ਚਲੇ ਗਏ ਨੇ ਭਾਜਪਾ ਤੋਂ। ਮੌਜੂਦਾ ਕੌਂਸਲਰ ਹੈਗੇ ਨੇ ਜਰਨੈਲ ਸਿੰਘ ਢੋਟ, ਉਹ ਵੀ ਜਿਹੜੇ ਆ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਗਏ ਨੇ। ਯਾਨੀ ਕਿ ਅਸੀਂ ਕਹਿ ਸਕਦੇ ਹਾਂ ਕਿ ਲਗਾਤਾਰ ਜਿਹੜੇ ਕੌਂਸਲਰ ਲੈਵਲ ਦੇ ਅਸੀਂ ਮੈਗਾ ਚੋਣਾਂ ਆਉਣ ਵਾਲੀਆਂ ਨੇ, ਤੇ ਆਮ ਆਦਮੀ ਪਾਰਟੀ ਨੂੰ ਕਿਤੇ ਨਾ ਕਿਤੇ ਗਰਾਊਂਡ ਦੇ ਉੱਤੇ ਮੁਹੱਲਿਆਂ ਦੇ ਵਿੱਚ ਵਾਰਡਾਂ ਦੇ ਵਿੱਚ ਮਜ਼ਬੂਤੀ ਜਿਹੜੀ ਹੈ ਉਹ ਮਿਲਦੀ ਜਾਪਦੀ ਹੈ। ਕਿਉਂਕਿ ਅਸੀਂ ਦੇਖ ਰਹੇ ਹਾਂ ਪਿਛਲੇ ਲੰਮੇ ਸਮੇਂ ਤੋਂ ਜੇਕਰ ਅਸੀਂ ਗੱਲ ਕਰੀਏ ਜਦੋਂ ਦੀ ਸਰਕਾਰ ਬਣੀ ਹੈ ਤਾਂ ਅੰਮ੍ਰਿਤਸਰ ਤਕਰੀਬ 22 ਤੋਂ 25 ਕੌਂਸਲਰ ਜਿਹੜੇ ਨੇ ਉਹ ਕਾਂਗਰਸ ਛੱਡ ਕੇ ਵੱਖ ਵੱਖ ਪਾਰਟੀਆਂ ਛੱਡ ਕੇ ਉਹ ਆਮ ਆਦਮੀ ਪਾਰਟੀ ਜੁਆਇਨ ਕਰ ਰਹੇ ਨੇ। ਤੇ ਅੱਜ ਫਿਰ ਇੱਕ ਵੱਡਾ ਝਟਕਾ ਅਸੀਂ ਕਹਿ ਸਕਦੇ ਹਾਂ ਜਿੱਥੇ ਨਵਜੋਤ ਸਿੰਘ ਸਿੱਧੂ ਨੂੰ ਲੱਗਾ ਉੱਥੇ ਭਾਜਪਾ ਨੂੰ ਵੀ ਲੱਗਾ ਹੈ। ਜੀ ਜੀ ਸ਼ੁਕਰੀਆ ਪਰਮੀ ਸਾਡੇ ਨਾਲ ਜਾਣਕਾਰੀ ਦੀ ਸਾਂਝ ਪਾਉਣ ਦੇ ਲਈ। ਤਾਂ ਆਮ ਆਦਮੀ ਪਾਰਟੀ ਨੂੰ ਅੰਮ੍ਰਿਤਸਰ ਦੇ ਵਿੱਚ ਮਜ਼ਬੂਤੀ ਮਿਲੀ ਹੈ, ਤਿੰਨ ਕੌਂਸਲਰਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ। ਵੱਡੀ ਖਬਰ ਜੋ ਹੈ ਆਮ ਆਦਮੀ ਪਾਰਟੀ ਨਾਲ ਜੁੜੀ ਹੋਈ, ਜਿੱਥੇ ਕਿ ਆਮ ਆਦਮੀ ਪਾਰਟੀ ਜੋ ਹੈ ਮਜ਼ਬੂਤ ਹੁੰਦੀ ਦਿਖਾਈ ਦੇ ਰਹੀ ਹੈ। ਤਸਵੀਰਾਂ ਜੋ ਨੇ ਇਹ ਅੰਮ੍ਰਿਤਸਰ ਦੀਆਂ ਨੇ, ਜਿੱਥੇ ਕਿ ਤਿੰਨ ਕੌਂਸਲਰਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ। ਵਾਰਡ ਨੰਬਰ 54 ਦੇ ਆਜ਼ਾਦ ਉਮੀਦਵਾਰ ਅਵਿਨਾਸ਼ ਚੋਲੀ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਨੇ। ਉੱਥੇ ਹੀ ਨਵਜੋਤ ਸਿੰਘ ਸਿੱਧੂ ਦੇ ਹਲਕੇ ਦੇ ਅਜੀਤ ਸਿੰਘ ਭਾਟੀਆ ਵੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਨੇ। ਐਕਸਕਲੂਸਿਵ ਤਸਵੀਰਾਂ ਜੋ ਜ਼ੀ ਪੰਜਾਬ ਹਰਿਆਣਾ ਹਿਮਾਚਲ ਤੁਹਾਨੂੰ ਦਿਖਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਕੁਨਬੇ ਨੂੰ ਮਜ਼ਬੂਤੀ ਮਿਲੀ ਹੈ।